महबूब को तो जाके की फरमाऊंगा, चुप चुप खड़े हो जरूर कोई बात है, पहली मुलाकात है जी, पहली मुलाकात। पिछे भाभी से मेरा भरा से बच्चे लैके मैं अगे अगे तुरंया उ चिड़ियाघर मुकलिया। हां एक जगह से ये की है बंदर फलानी शाय कबूतर है। अच्छा एक की है वो कहना उल्लू है, वो कहना हाँ ये उल्लू वो ही है जिना मैं पट्ठा वा। बोल लाना बहुत बेशरम है।
ਅਮੇਸ਼ਾ ਹੀ ਤਾਂ ਬਾਤਾਂ ਕਰਦਾ ਹੈ ਕਿਤਾ ਬੇ ਸ਼ਰਮ ਨੱਕ ਤੇ ਰੱਖਿਆ ਮੂੰਹ ਤੇ ਰੱਖਾ ਲਈ ਆ ਭਾਗ ਲੱਗੇ ਨਾ ਕਿਤਾ ਗਾਂਤੀ ਆ ਸਵੇਰ ਤੇ ਪੀਣ ਨਹੀਂ ਲਿਆ ਆ ਭਾਗ ਲੱਗੇ ਨਾ ਝੂਲੇ ਦਾ ਪੰਜ ਨਮੀਏ ਕੰਮਾਂ ਖੜਦਾ ਆ ਅੱਜ ਨਹੀਂ ਜੀ
ਜੇ ਅਗਲੇ ਨੂੰ ਜਾਂਦਾ ਸਿਰਫ ਗਧਾ ਹੱਸਿਆ ਆਉਂਦਾ, ਬਾਕੀ ਸਾਰੇ ਖਮੋਸ਼ ਬੈਠੇ ਹੁੰਦੇ ਨੇ। ਬਹੁਤ ਹੈਰਾਨ ਹੁੰਦਾ ਕੀ ਗੱਲ ਆ। ਉਹ ਜਾ ਕੇ ਚੀਆ ਪੁੱਛਦਾ ਹੈ ਕੀ ਗੱਲ ਆ, ਕੱਲ ਜਦੋਂ ਆਇਆ ਮੈਂ ਤੇ ਸਾਰੇ ਜਾਨਵਰ ਹੱਸ ਰਹੇ ਸੀ, ਗਧਾ ਖਮੋਸ਼ ਸੀ, ਅੱਜ ਮੈਂ ਆਇਆ ਗਧਾ ਹੱਸ ਰਿਹਾ, ਸਾਰੇ ਜਾਨਵਰ ਖਮੋਸ਼ ਬੈਠੇ ਨੇ। ਉਹ ਕਹਿੰਦਾ ਕੱਲ ਆਇਆ ਸੀ ਮੋਇਨ ਅਖਤਰ, ਉਹਨੇ ਸੁਣਾਇਆ ਸੀ ਲਤੀਫਾ, ਬਾਕੀ ਸਮੇਂ ਚ ਕੱਲ ਆ ਗਿਆ ਸੀ, ਗਧੇ ਸਮੇਂ ਚ ਆ ਗਿਆ ਤਾਂ ਹੱਸ ਰਿਹਾ। ਤੁਹਾਡਾ अमजद मुझे नहीं बोलने दो, आपके सामने नहीं, अगर वो आना चाहिए 11-12 बजे स्कूले पहुंच जाते। मैं उस स्कूले गया जनाब, सफाई सफुई कराई, दुआ कराई, ਤੇ ਮੈਂ ਮੁੰਡਿਆਂ ਨੂੰ ਬਿਠਾਇਆ, ਬਿਠੋਇਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਤੂੰ ਕਿਆ ਮਾਰ ਕੇ ਮਿਲ ਗਿਆ ਤੁਹਾਨੂੰ। ਕੀ ਗੱਲ ਹੈ, ਤੈ ਨਵਾਂ ਮਾਸਟਰ ਹੈ? ਮੈਂ ਕਿਹਾ ਹਾਂ ਜੀ, ਨਲਕਾ ਗੇੜ ਲੈ ਗਈ ਆ, ਮੈਨੂੰ ਤੇ ਲੱਗੀ ਆ। ਬਿਲਕੁਲ ਸਹੀ ਗੱਲ ਹੈ, ਮੈਂ ਨਲਕਾ ਗੇੜਾ ਨੇ ਪੀਤਾ ਪਾਣੀ, ਕਹਿੰਦਾ ਹੁਣ ਜਾ। ਇਹ ਮੇਰਾ ਪਹਿਲਾ ਤਜਰਬਾ ਥਾ ਬਤੌਰ ਟੀਚਰ। ਔਰ ਕਈ ਬਾਤੇ ਸਮੁੰਦਰੀ, ਇੱਕ ਦਫਾ ਗਏ ਸੀ ਮੁਆਇਨੇ ਤੇ ਮੇਰੇ ਨਾਲ ਚੌਧਰੀ ਰਿਆਜ਼ ਸਾਹਿਬ, ਉਹ ਖੁਸ਼ ਕਿਸਮ ਦੀ ਨਾ ਗੁੱਜਰ ਸੀ ਚੌਧਰੀ ਰਿਆਜ਼ ਸਾਹਿਬ, ਤੇ ਸ਼ੁਗਰ ਗੁੱਜਰਾਂ ਦਾ ਬੜਾ ਕਰਦੇ ਸੁਣਦੇ। ਅੱਛਾ ਸਮੁੰਦਰੀ ਜਾਣਾ ਰਾਜ, ਇੱਕ ਪਿੰਡ ਗੁੱਜਰਾਂ ਦਾ, ਕਹਿੰਦੇ ਯਾਰ ਅੱਗੇ ਕੀ ਕੰਨ ਜਾਣਾ, ਆ ਜਾਓ ਪਿੰਡ ਚੈੱਕ ਕਰੀਏ ਜਰਾ, ਇੱਥੇ ਮਾਸ ਕੀ ਕਰਦੇ। ਅੱਗੇ ਗਏ ਜਨਾਬ, ਸਵਾਲ ਨਾ ਪੁੱਛਿਆ ਤੀਜੇ ਦੇ ਮੁੰਡਿਆਂ ਨੂੰ, ਪਿਛੜਾਓ ਫੈਸਲਾਬਾਦ ਕਿਉਂ ਮਸ਼ਹੂਰ ਹੈ ਫੈਸਲਾਬਾਦ? ਉਹ ਕਿਸੇ ਨੂੰ ਸਮਝ ਨਾ ਆਵੇ, ਇੱਕ ਮੁੰਡਾ ਕਦੀਰ ਵਰਗਾ ਪੈਰੋਂ ਨੰਗਾ ਹੋਇਆ, ਗੋਹਾ ਗਾਹਾਂ ਨੂੰ ਲੱਗਾ ਹੋਇਆ, ਕਹਿੰਦਾ ਤੈਂ ਦਾ ਸਮੁੰਦਰੀ ਕਿਉਂ ਮਸ਼ਹੂਰ ਆ? ਪਹਿਲਾਂ ਤੈਂ ਦੱਸੇਗਾ ਤਾਂ ਫੇਰ ਮੈਂ ਦੱਸੂਗਾ ਵੀ ਫੈਸਲਾਬਾਦ ਕਿਉਂ ਮਸ਼ਹੂਰ। ਤੁਸੀਂ ਫਿਰ ਸਮਝ ਆਉਂਦੇ? ਇੱਕ ਦਫਾ ਇੱਕ ਇੰਸਪੈਕਟਰ ਨੇ ਮਾਸਟਰ ਨੂੰ ਕਿਹਾ, ਲੈ ਵੀ ਸਵੇਰ ਨੂੰ ਤੇਰੇ ਮੁੰਡਿਆਂ ਨੂੰ ਮੈਂ ਸਵਾਲ ਪੁੱਛਣੇ ਆ, ਇਹ ਫਸਾਉਣੇ ਫਸਾਉਣੇ ਆ। ਮਾਸਟਰ ਸੀ ਸ਼ਕੀਰ ਸਾਹਿਬ ਵਰਗਾ ਬੜਾ ਤੇਜ਼, ਕਹਿੰਦਾ ਸਾਹਿਬ ਜੀ ਤੁਹਾਡੇ ਮੁੰਡੇ ਬੜੇ ਤੇਜ਼ ਆ, ਫਿਕਰ ਨਾ ਕਰੋ, ਤੁਸੀਂ ਆਓ ਸਹੀ ਇੱਕ ਵਾਰੀ। ਹੁਣ ਜਾ ਕੇ ਇੰਸਪੈਕਟਰ ਸਵਾਲ ਕਰਦਾ, ਇਹ ਮੁਤਾਲੇ ਤੂੰ ਕੀ ਮੁਰਾਦ ਆ? ਮੁਤਾਲੇ ਸਮਝ, ਮਜ਼ਮੂਨ ਇੱਕ ਪਾਕਿਸਤਾਨ ਸਟੱਡੀ, ਸੋਸ਼ਲ ਸਟੱਡੀ, ਮੁਤਾਲੇ ਤੂੰ ਕੀ ਮੁਰਾਦ ਆ? ਉਹਨਾਂ ਨੂੰ ਸਮਝ ਕੁਛ ਨਾ ਆਈ ਨਿਆਣਿਆਂ ਨੂੰ। ਅਖੀਰ ਇੱਕ ਸ਼ਰਾਰਤੀ ਜਿਹਾ ਮੁੰਡਾ, ਜਿੱਦਾਂ ਦਾ ਮੁੰਡਾ ਬੈਠਾ ਆਪਣਾ ਫਨਕਾਰ, ਉਹਨੇ ਹੱਥ ਖੜਾ ਕੀਤਾ ਉੱਚੀ ਰਹੇ, ਕਹਿੰਦਾ ਹਾਂ ਬਾਈ। ਕਹਿੰਦਾ ਜੀ ਮੇਰੀ ਮਾਂ ਧੀ ਰਾਤ ਨੂੰ ਕਹਿੰਦੀ ਹੁੰਦੀ ਆ, ਅੰਜਲ ਛੋਟੇ ਕਾਕੇ ਨੂੰ ਜਾ ਕੇ ਬਿਠਾ ਲਿਆ। ਨਹੀਂ ਸਮਝਿਆ ਜੀ? ਅੱਛਾ ਇੱਕ ਦਫਾ ਇਸੇ ਤਰ੍ਹਾਂ ਇੱਕ ADI ਨੇ ਕਿਸੇ ਮਾਸਟਰ ਨੂੰ ਕਿਹਾ ਕਿ ਸਵੇਰ ਨੂੰ ਤੇਰੇ ਸਕੂਲ ਦਾ ਮੁਆਇਨਾ ਕਰਨਾ, ਵੋ ਚਾਂਦਨੀ ਰਾਤ ਕੀ, ਵੋ ਚਾਂਦਨੀ ਰਾਤ ਕੀ, ਵੋ ਮੇਰੇ ਸਾਥ ਕੀ, ਵੋ ਮੇਰੇ ਸਾਥ ਕੀ, ਮੈਂ ਉਸਕੇ ਉੱਪਰ ਸਾਹ, ਵੋ ਮੇਰੇ ਨੀਚੇ ਸੀ, ਅੱਗੇ ਕੀ ਭਲਾ, ਵੋ ਮੇਰੀ ਸ਼ਕਲ ਸੀ, ਮੈਂ ਉਸਕਾ ਮਾਲਕ ਥਾ। ਔਰ ਜ਼ਿੰਦਗੀ ਕਾ ਇੱਕ ਖੇਲ ਹਮਾਰੇ ਸਕੂਲ ਕੇ ਸਾਥ ਟੁੱਟਾ ਹੁਆ ਹੈ, ਔਰ ਉਸੀ ਹਵਾਲੇ ਸੇ ਹਮਾਰੇ ਯੇ ਬੱਚੇ ਏਕ ਖਾਕਾ ਲੇ ਕਰ ਆਏ ਹੈਂ। ਜਵਾਲਾ ਨਗਰ ਚੌਕੇ ਲਵਾੜ ਸਕੂਲ ਦੇ ਨਾਲ ਚੁੱਕਿਆ, ਸ਼ਾਬਾਸ਼ ਪੁੱਤ ਇੱਧਰ ਆ।
ਨੀਂਦਰਾਂ ਦੀ ਅੱਖੀਆਂ ਉੜਾ ਚਿੱਤ ਸਮਾਹੀ ਕਿੱਥੇ ਰਹਿ ਗਿਆ ਸਾਨੂੰ ਨਹਿਰ ਵਾਲੇ ਪੁੱਲ ਕੇ ਬੁਲਾ ਕੇ ਉਹ ਏਦਾਂ ਬੰਦੂਰਾ ਗਾਣਾ ਸੁਣਾਉਣ ਡਿਆ ਕੋਈ ਹੋਰ ਸੁਣਾ ਗਾਣਾ ਕਿੱਥੇ ਰਹਿ ਗਿਆ ਲਾਂਝੇ ਚੁੱਪੜੇ ਕਰ ਗਾਣਾ ਸਾਨੂੰ ਨਹਿਰ ਵਾਲੇ ਮੈਂ ਤੇਰੇ ਨਾਲ ਲੱਗ ਇੱਥੇ ਆ ਆਪਣੇ ਹੱਥੋਂ ਖਿਲਾ ਇੰਡੀਆ ਦਾ ਗਾਣਾ ਚੱਪਾ ਚੱਪਾ ਚਰਖਾ ਚਲੇ ਬਾਰਾਂ ਜਾਣੇ ਖਾਣ ਵਾਲੇ ਦੇ ਕੇ ਜਾਣਾ ਕਮਾਉਣ ਵਾਲਾ ਔਰ ਤੰਗ ਆਏ ਗਾਣਾ ਗਾਉਂਦਾ ਮਸਾ ਮਸਾ ਖਰਚਾ ਚਲੇ ਮਸਾ ਮਸਾ ਖਰਚਾ ਚਲੇ ਤੰਗ ਆ ਕੇ ਕਰਨੀ ਕਮਾਈ ਖਾਣ ਵੇਲੇ ਬੈਠੇ ਸਾਰੇ ਮਸਾ ਮਸਾ ਖਰਚਾ ਚਲੇ ਰੀਮਾ ਮੁਲਾਕਾਤ ਦੇਣੀ ਨੂੰ ਜਾਣਾ ਨੀ ਹੈਗੀ ਨੂੰ ਜਾਣਾ ਨੀ ਅਸੀਂ ਰੱਖੀ ਮੁਲਾਕਾਤ ਉਹ ਤੇ ਆਪਣੇ ਪਿੰਡ ਵੀ ਹੈ ਨਾ ਬਚਪਨ ਚ ਝਾੜੂ ਖੇਡਦੀ ਹੁੰਦੀ ਸੀ ਮੇਰੇ ਅੱਗੇ ਨਾਲ ਖੇਡਦੀ ਹੁੰਦੀ ਸੀ ਨਾ ਆਪੂ ਜੀ ਨਹੀਂ ਦਸ ਵੀ ਦੇ ਹੁਣ ਅੱਬਾ ਰਿਆ ਅੱਬਾ ਹੀ ਰਹਿ ਛੱਕ ਵਾ ਨਹੀਂ ਸੁੱਟਿਆ ਕੂੜਾ ਬੂਟਾ ਕਿੱਥੇ ਸੁੱਟਿਆ ਕੂੜਾ ਬੂੰਤਾ ਮੂੰਹ ਤੇਰੇ ਕੋਲ ਆ ਮੇਰੇ ਮੂੰਹ ਦੇ ਕੋਲ ਕੂੜਾ ਬੂੰਟਿਆ ਇਹ ਕੂੜਾ ਨਹੀਂ ਗਾ ਕੇਲੇ ਦਾ ਛਿਲਕਾ ਆ ਛਿਲਕਾ ਵਾ ਹਾਂ ਇਹਨੇ ਖਾਦਾ ਕੇਲਾ ਜਵਾਲਾ ਨਗਰੀ ਜਵਾਲਿਆ ਨਗਰੀ ਇੰਨੇ ਵੜੇ ਇਕੱਠੇ ਹੋਏ ਸ਼ਬਾਨਾ ਕਿੱਧਰੋਂ ਆ ਗਿਆ ਵਿੱਚ ਤੁਹਾਨੂੰ ਹੀ ਪਤਾ ਹੋਊਗਾ ਕੂੜੀ ਸਿਖਾ ਲੈ ਅੱਜ ਸਾਹਮਣੇ ਬੋਲਾ ਕੂੜਾ ਕਿੰਨੇ ਸੁੱਟਿਆ ਕਿੱਥੇ ਸੁੱਟਿਆ ਕੁਛ ਨਹੀਂ ਕੀ ਹੋਇਆ ਅਰਜੀ ਸੀ ਕਿੱਥੇ ਅਰਜੀ ਸੀ ਕੂੜੇ ਦੀ ਕ੍ਰਿਕਟ ਦੀ ਜਿਹੜੀ ਅਰਜੀ ਸੀ ਨਾ ਕਿੱਥੇ ਅਰਜੀ ਸੀ ਮੇਰੇ ਸਕੂਲ ਸਾਹਮਣੇ ਅਖਬਾਰ ਦੀ ਸਕੂਲ ਸਾਹਮਣੇ ਆਹੋ ਉਹ ਜਿਹੜਾ ਮੇਰ ਸ਼ੀਦ ਨਾ ਮੈਂ ਕਿਹੜੇ ਕੋਲ ਗਿਆ ਆਹੋ ਇਹ ਅੰਦਾਲੇ ਨੇ ਮਾਰ ਕੇ ਰਹਿੰਦਾ ਜਿਹੜੇ ਜਲੰਧਰ ਵਾਲੇ ਜਲੰਧਰ ਵਾਲੇ ਲੱਗਦੀ ਨਹੀਂ ਕਹਿੰਦਾ ਤੈਨੂੰ ਚੰਗਾ ਕੇ ਥੱਲੇ ਦੰਦਾ ਮੂੰਹ ਏਦਾਂ ਆਪਾਂ ਅਸੀਂ ਚਮਕਾਇਆ ਘਰ ਚਾਹੀਦਾ ਸਾਨੂੰ ਮੇਰਾ ਬਣ ਕਿਤੇ ਹੋਰ ਦਾ ਨਾ ਬਣ ਲੋ ਬਣਾ ਲਿਆ ਦਾਦਾ ਆਪਾਂ ਲੋ ਦਾਦਾ ਨਾ ਬਣ ਦਾਦਾ ਦੇ ਤਵਰ ਚ ਬਾਈ ਤੁਸੀਂ ਆਪਣਾ ਭਾਪ ਆਪਾਂ ਤੁਸੀਂ ਨੀ ਦੇਖਿਆ ਤੁਹਾਨੂੰ ਪਤਾ ਤੁਸੀਂ ਕਿਹੜੇ ਨਾ ਪਤਾ ਨਾ ਪਤਾ ਅੱਬਾ ਜੀ ਅੱਬਾ ਜੀ ਕਿੱਥੇ ਬੋਲ ਰਹੇ ਹੋ ਤੁਸੀਂ ਕਿਹੜੇ ਆ ਮੈਂ ਕਹਿੰਦਾ ਤੈਨੂੰ ਤਨਖਾਹ ਕਿੱਥੋਂ ਉਹਦੀ ਮਿਲਣੀ ਸਭ ਤੋਂ ਜ਼ਿਆਦਾ ਕਿਤੋਂ ਵੀ ਤਨਖਾਹ ਮਿਲਣੀ ਸਭ ਤੋਂ ਜ਼ਿਆਦਾ ਨੂੰ ਪੂਰਾ ਮੇਰਾ ਚੁਆਲਾ ਕਰਕੇ ਸਾਨੂੰ ਕੋਲ 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 ਇਹ ਕੀ ਹੁੰਦਾ ਕੋਲ ਜੰਗਲ ਸਕੂਲ ਸਾਹਮਣੇ ਕਰਕੇ ਪਤਾ ਚਲਿਆ ਗਿਆ ਤੁਹਾਡੀ ਤੇ ਮੈਲ ਵੀ ਤੋਲਾ ਮਿਕਦੀ ਆ ਚਾਰ ਸੌ ਰੁਪਈਆ ਆਪਾਂ ਹੀ ਨਹਾਇਆ ਕਰੋ ਜੇ ਤੁਸੀਂ ਨਹਾਉਂਦੇ ਹੋ ਨਾ ਤਾਂ ਇਹਦੇ ਸਾਡਾ ਸਰਦਾਰ ਨਹਾਉਣ ਲਿਆ
ਨਿਆਣੇ ਮੇਰੇ ਨਾਲ ਬਾਲ ਸਕੂਲ ਦੇ ਕੱਚੀ ਕੱਚੀ ਆਏ ਉਹ ਕਹਿੰਦੇ ਆ ਹੋਏ ਅੱਜ ਸਿਆਹੀ ਹੋਣੀ ਆ ਉੱਥੇ ਖਲੋਨੇ ਆ ਅਸੀਂ ਸਿਆਹੀ ਹੋਣੀ ਅੱਜ ਹਾਏ ਹੱਥ ਸਾਰਾ ਰਾਤ ਕਾਫੀ ਚੁੱਕੇ ਕਾਫੀ ਚੁੱਕੇ